ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣ ਭਾਈ, ਉਮੀਦ ਕਰਨੇ ਠੀਕ ਠਾਕ ਹੋ, ਸੋ ਜਿੱਥੇ ਰਹੋ ਖੁਸ਼ ਰਹੋ, ਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ, ਅਤੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਠੀਕ ਠਾਕ ਹਾਂ, ਸ਼ੁਕਰ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਹਰ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ, ਜਿਹੜੇ ਮੇਰੇ ਭੈਣਾਂ ਵੀਰਾ ਬਿਮਾਰ, ਉਹਨੂੰ ਅੱਲਾ ਪਾਕ ਸ਼ਫਾ ਦੇਵੇ, ਜਿਹਨੇ ਕੁਲਾਦ ਨੂੰ ਅੱਲਾ ਪਾਕ ਉਲਾਦ ਦੇਵੇ, ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਅਤੇ ਜਿਹਨੇ ਕੋਈ ਕਾਰੋਬਾਰ ਨੂੰ ਅੱਲਾ ਪਾਕ ਕਾਰੋਬਾਰ ਦੇਵੇ, ਅਤੇ ਅੱਲਾ ਦਾ ਨਾਂ ਲੈ ਕੇ ਆਏ ਦੇਵੇ, ਉਹ ਤਾਂ ਕਰਨੇ ਆਗਾਜ਼ ਰਾਤ ਨੂੰ ਨਾ ਮੈਂ ਗਈ ਹੋਈ, ਅਸ ਭੈਣ ਮੇਰੇ ਰਲ ਮਿਲਾਦ ਉਹਦੇ, ਉਹ ਤਾਂ ਸੁਬਹ ਆਈ ਹਾਂ, ਅਤੇ ਹੁਣ ਨਾ ਮੈਂ ਆਖਿਆ ਨਿਹਤ ਘਰ ਦੁਆ ਸਲਾਮ ਲੈਂਦੇ ਹਾਂ, ਅਤੇ ਅੱਜ ਮੈਂ ਬਾਹਰ ਬਹਿਣਾ ਬਾਈ ਨੇ ਦੁਆ ਸਲਾਮ ਕਰ ਲਈਏ, ਅਤੇ ਪੱਠੇ ਇੱਥੋਂ ਨਾ ਕਿਸੇ ਕੋਲ ਮੰਗੇ ਨੇ, ਗਾਹ ਲੱਭਾ ਨੇ, ਅਤੇ ਮੈਂ ਚਲੋ ਵਿਆਹ ਤਾਂ ਡਾਂਗ ਦੇ ਲੈ ਜਾਣੇ, ਕਿ ਮੁੱਲ ਵੀ ਗੁੰਜਾਇਸ਼ ਨੇ, ਅਤੇ ਹੁਣ ਨਾ ਗਰਮੀ ਆਈ, ਬਾਹੂ ਧੁੱਪ ਜ਼ਿਆਦਾ ਚਾੜ ਕੇ, ਉਦੋਂ ਥੋੜ੍ਹੀ ਮੈਂ ਲੇਟ ਆਈ ਹਾਂ, ਇਸ ਵਾਸਤੇ ਤਾਂ ਹੁਣ ਪੱਠੇ ਵਾੜ ਲੈਣ, ਅਤੇ ਪੱਠੇ ਮਾਸ਼ਾਅੱਲਾ ਬੜੇ ਵੱਡੇ ਵੱਡੇ ਨੇ, ਕੀ ਹਾਲ ਚਾਲ ਨੇ ਭੈਣਾਂ ਬਾਈਆਂ? ਅਤੇ ਇੱਕ ਭਾਈ ਸਾਡਾ ਰਿਸ਼ਤੇਦਾਰ ਆ, ਉਹ ਆਇਆ ਪੱਠੇ ਵੱਢਣ, ਤਾਂ ਮੈਂ ਆਖਿਆ ਵੀ ਚਲੋ ਅੱਜ ਸਾਡੇ ਕੋਲ ਪੱਠੇ ਤਾਂ ਆਣ ਕੇ ਨਾ, ਤਾਂ ਮੈਂ ਉਦੋਂ ਹੀ ਪੱਠੇ ਲੈ ਲਵਾਂ, ਅਤੇ ਬੇਗਮ ਸਾਹਿਬ ਮਿਲਾ ਤੋ ਬੜੀ ਲੇਟ ਆਈ ਹੈ, ਪੱਠੇ ਤਾਂ ਸਵਾਲ ਲਏ ਨੇ, ਉਸ ਵਿਚਾਰੇ ਇੱਕ ਮਰਲਾ ਦਿੱਤਾ, ਮਿਹਰਬਾਨੀ ਹੁੰਦੀ, ਅੱਲਾ ਤੰਦਰੁਸਤੀ ਦੇਵੇ, ਹੁਣ ਅਸਾਂ ਖੋਤੀ 'ਤੇ ਲੜ ਲਏ ਨੇ, ਅਤੇ ਹੁਣ ਜਾਂਦੇ ਹਾਂ, ਕੋਈ ਸਿੱਟ ਜਿਹੜਾ ਨਾ ਜਾਂ ਕੋਈ ਵੱਲੀ ਲਾਭ ਗਈਆਂ ਜਾਂ ਗਾਹ ਜਿਹੜਾ ਨਾ ਉਹਦੇ ਵਿੱਚ ਉਹ ਕੁਛ ਸਾਨੂੰ ਮਿਲ ਗਿਆ, ਤਾਂ ਸਾਡਾ ਗੁਜ਼ਾਰਾ ਅੱਜ ਦਾ ਦਿਨ ਹੋ ਜਾਸੀ। ਹਾਂਜੀ, ਇੱਕ ਤਾਂ ਗਰਮੀ ਕਾਲ ਦੀ ਬੜੀ ਪੈਂਦੀ ਪਈ, ਹਾਂਜੀ ਸੁਬਹ ਸੁਬਹ ਨਾ ਧੁੱਪ ਇਤਨੀ ਤੇਜ਼ ਹੁੰਦੀ ਹੈ ਨਾ, ਅਤੇ ਅੱਲਾ ਪਾਕ ਰਹਿਮਤ ਕਰੇ ਸੇ, ਅੱਲਾ ਵਾਰੇ ਸੇ, ਅੱਲਾ ਵਾਰੇ ਸੇ, ਕੋਈ ਨਹੀਂ ਐਡਾ ਮਸਲਾ ਹੋ ਸਕਿਆ, ਸ਼ੁਕਰ ਹੈ ਰੱਬ ਦਾ ਅੱਜ ਦਾ ਮਤਲਬ ਗੁਜ਼ਾਰਾ ਹੋ ਜਾਸੀ, ਕੋਈ ਸਵੇਰੇ ਜਿਹੜਾ ਨਾ ਕਿਉਂਕਿ ਉਸ ਤੋਂ ਮਰਲਾ ਲਿਆ ਅਤੇ ਅੱਧਾ ਮਰਲਾ ਤਾਂ ਵੱਢਿਆ, ਦੋਤਿਆਂ ਵਾਸਤੇ ਅਸੀਂ ਕਲੇਪ ਬਣਾਉਣ ਲੱਗੇ ਹਾਂ, ਮੈਂ ਕਿਹਾ ਬਣਨ ਬਣਾਉਣ ਵਾਸਤੇ ਜਿਹੜਾ ਨੇ ਵੀ ਖਾ ਲੈਣੀ ਹੈ, ਤਾਂ ਦੁੱਧ ਦੇ ਲਓ ਮਾਸ਼ਾਅੱਲਾ, ਜਿਹਦੇ ਨੇ ਪਿਆਰੇ ਨੇ, ਕਿਉਂਕਿ ਉਹ ਵੇਖਿਆ ਗਰਮੀ ਦੇ ਨਾਲ ਬਿਲਕੁਲ ਨਾਲ ਚਮੁੱਟੇ ਹੋਏ ਨੇ, ਇਤਨੀ ਗਰਮੀ ਆ ਜਿਹਦਾ ਅੰਦਾਜ਼ ਹੀ ਕੋਈ ਨਹੀਂ, ਦੋਵੇਂ ਬੱਚੇ ਆ ਜਿਹੜੀਆਂ ਨੇ ਵਿੱਚ, ਇਹਨਾਂ ਦੇ ਜਿਹੜੇ ਰਹਿਸ਼ ਦੀ ਜਗ੍ਹਾ ਬਣੀ ਹੋਈ ਹੈ, ਉਹਦੇ ਵਿੱਚ ਬੱਚੇ ਵੀ ਕੋਈ ਬੈਠੇ ਨੇ, ਲੇਕਿਨ ਤੁਹਾਨੂੰ ਨਜ਼ਰ ਨਹੀਂ ਆਉਣੇ, ਸਾਨੂੰ ਆ ਰਹੇ ਨੇ, ਅਤੇ ਆਹ ਮਾਸ਼ਾਅੱਲਾ ਥੱਲੇ ਇਹਨਾਂ ਦੀ ਖੁਰਾਕ ਪਈ ਹੈ, ਪਾਣੀ ਹੈ, ਬਾਜਰਾ ਹੈ, ਅਤੇ ਗਰਮੀ ਇਤਨੀ ਹੈ, ਤੁਹਾਨੂੰ ਕੀ ਦੱਸੀਏ, ਆਹ ਵੇਖੋ ਮਾਸ਼ਾਅੱਲਾ ਕਿਤਨੇ ਖੂਬਸੂਰਤ ਆ, ਇਹ ਨਾਲ ਜੀ ਪੈਟਰੋਲ ਪੰਪ ਹੈ ਜਿਹੜਾ ਤੁਹਾਨੂੰ ਵਿਖਾ ਰਹੇ ਹਾਂ, ਤਾਂ ਨਾਲ ਗੱਡੀਆਂ ਖਾਈਆਂ ਨੇ, ਪੈਟਰੋਲ ਪੰਪ ਆ ਸਾਹਮਣੇ, ਤਾਂ ਨਾਲ ਵਧਦੀ ਹੈ ਰੋਡ ਦੇ ਉੱਤੇ ਹੀ ਹੈ, ਤੇ ਰੋਟੀ ਪਾਣੀ ਕੋਈ ਨਹੀਂ, ਬੱਚਿਆਂ ਨੂੰ ਪਕਾ ਕੇ ਦਿੱਤਾ, ਕੋਈ ਥੋੜ੍ਹੇ ਚਾਵਲ ਆਉਂਦੇ ਤੂੰ ਉਹਨਾਂ ਸੇਕ ਕੇ ਖਾ ਲੈ, ਅਤੇ ਹੋਰ ਰੋਟੀਆਂ ਪਕਾਉਣੀਆਂ ਨੇ, ਅਤੇ ਬਿਲਾਲ ਮੈਂ ਇਹਨੂੰ ਥੋੜ੍ਹਾ ਚਾਵਲ ਖਵਾਇਆ, ਰੋਟੀਆਂ ਪਕਾਈਆਂ ਕੋਈ, ਅਤੇ ਨਾ ਦੂਸਰਾ ਤੀਸਰਾ ਦਿਨ ਰਸ ਥੋੜ੍ਹੇ ਦਿੰਦੇ, ਕਿਉਂਕਿ ਮਹਿੰਦਾ ਸਨ ਵੀ ਰਸ ਇਹਦੇ ਵਾਸਤੇ ਨੁਕਸਾਨ ਹੈ, ਅਤੇ ਅੱਜ ਨਾ ਆਹ ਲੈ ਆਉਂਦੇ ਨੇ, ਪਤਾ ਨਹੀਂ ਮਹਿੰਦ ਬਾਈ ਦਾ ਨਾਂ ਨਹੀਂ ਆਉਂਦਾ ਵੀ ਫਰੂਟ ਦਾ ਨਾਂ ਕੀ ਹੈ, ਅਤੇ ਇਹ ਦੱਸਿਆ ਨਾ ਬਿਨਾਂ ਬਿਲਾਲ ਭੁੱਖ ਵੀ ਲਵਾਈ ਸੀ, ਅਤੇ ਨਾਲ ਤਾਕਤ ਵਾਲੇ ਹੁੰਦੇ ਵੀ ਇਹਨੂੰ ਇਹ ਦੇ ਤਾਂ ਮੈਂ ਪਾਣੀ ਦੋ ਕੇ ਨਾ ਮੈਂ ਕਿ ਇਹਨੂੰ ਖਵਾਈਨੀ ਆ, ਜੇ ਖਾ ਲਿਆ ਸੀ ਤਾਂ ਚੰਗੇ ਹੋਣੇ ਇਹਨੂੰ ਵੀ ਨਾ ਮੁੜ ਲੈ ਕੇ ਹੋਰ ਕੋਈ ਦਿਸਾਂ 'ਚ, ਅਤੇ ਅੱਜ ਤਾਂ ਫਿਲਹਾਲ ਇਤਨੇ ਸਾਰੇ ਲਾਏ ਆਉਂਦੇ, ਮੈਂ ਕਿ ਜੇ ਖਾ ਲਿਆ ਸੀ ਤਾਂ ਮੁੜ ਲਾਏ ਦਿਸਾਂ, ਅੱਲਾ ਪਾਕ ਹਰ ਦੇ ਬੱਚਿਆਂ 'ਤੇ ਰਹਿਮਤ ਕਰੇ, ਤੰਦਰੁਸਤੀ ਦੇਵੇ, ਅੱਲਾ ਪਾਕ ਕਿਸੇ ਦਾ ਸਿਦਾ ਕਰਨਾ ਸਾਡੇ ਬਿਲਾਲ 'ਤੇ ਰਹਿਮਤ ਕਰੇ, ਅਤੇ ਬਿਲਾਲ ਮੈਂ ਇੱਥੋਂ ਵੀ ਸਲਾਮ ਲਿਆ ਕਰ, ਹਾਂਜੀ ਤਾਂ ਸਲਾਮ ਲੈਂਦਾ ਸਮਝ ਆ ਜਾਂਦੀ ਸੀ, ਗੱਲ ਕਰੇ ਗੱਲ ਕਰਨੀ ਫੋਨ 'ਤੇ, ਅਤੇ ਅੱਲਾ ਪਾਕ ਨਾ ਹਰ ਤਰ੍ਹਾਂ ਮਤ ਕਰੇ, ਇਤਨਾ ਵੀ ਅੱਲਾ ਪਾਕ ਦਾ ਸ਼ੁਕਰ ਹੈ ਵੀ ਥੋੜ੍ਹਾ ਨਾ ਚਾਰ ਪਾਏ ਤਾਂ ਬਾਹਰ ਆਉਂਦਾ, ਰੂਹ ਦਾ ਸਾਹ ਨਿਕਲ ਜਾਂਦਾ, ਕਹਿ ਕੇ ਮੈਂ ਉਹ ਬੱਚੇ ਵੇਖਣ ਜਿੱਥੇ ਛੋਟੀਆਂ ਗੰਦੀਆਂ ਨੂੰ ਥਾਈ ਪੈ ਰਹਿੰਦੇ ਨੇ,
ਤੇ ਮਾਂ ਬਾਪ ਵਾਸਤੇ ਤੂੰ ਖਿਆ ਹੀ ਹੁੰਦੀ ਬੜੀ ਮੁਸ਼ਕਿਲ, ਪਰ ਨੂੰ ਵੀ ਸ਼ੁਕਰ ਅੱਲਾ ਪਾਕ ਦਾ ਕਰਿੰਦਾ ਵੀ ਅੱਲਾ ਪਾਕ ਨੇ ਸਾਨੂੰ ਇਹਦੀ ਖਿਦਮਤ ਕਰਨ ਦੀ ਤੌਫੀਕ ਦਿੱਤੀ ਹੈ, ਅਤੇ ਅੱਲਾ ਪਾਕ ਉਹਨਾਂ ਦੀ ਤੰਦਰੁਸਤੀ ਮੰਗਦਾ ਵੀ ਅੱਲਾ ਪਾਕ ਤੰਦਰੁਸਤੀ ਦੇਵੇ। ਉਹਨਾਂ ਮੈਨੂੰ ਧੋ ਲੈਣੇ, ਨਾਲ ਮੈਂ ਆਖਿਆ ਪਾਣੀ ਦੇ ਠਾਰ ਜਾ ਸਿੰਟ ਧੋ ਕੇ ਮੈਂ ਨਾ ਚੋਣ ਖਾਂਦਾ ਪਿਆ। ਅਤੇ ਅੱਲਾ ਪਾਕ ਰਹਿਮਤ ਕਰੇ ਸੋਚਦੇ, ਦੂਸਰੇ ਨੰਬਰ 'ਤੇ ਗਰੀਬ ਬੰਦੇ ਵਾਸਤੇ ਹਰ ਪਰੇਸ਼ਾਨੀ ਹੈ। ਜੇ ਮੋਬਾਈਲ ਦੱਸਿਆ ਭੈਣਾਂ ਬਾਈ ਨੇ ਸਿਖਾਇਆ ਵੀ ਮੋਬਾਈਲ ਸਾਡਾ ਖਰਾਬ ਹੋ ਗਿਆ ਪਿਆ, ਅਤੇ ਇੱਕ ਵਾਰ ਨਾ ਭਤੀਜੇ ਕੋਲ ਲਿਆ ਜਿਹਦੇ ਤੁਸੀਂ ਵੀਡੀਓ ਬਣਾਈਨੇ ਆ, ਅਤੇ ਉਹਨੂੰ ਨਾ ਮਹੀਨੇ ਦਾ ਉਸ ਟਾਈਮ ਦਿੱਤਾ, ਤੋਂ ਉਸ ਆਖਿਆ ਵੀ ਮੈਂ ਨਾ ਹੁਣ ਕੱਲ੍ਹ ਆਇਆ, ਤੋਂ ਉਸ ਆਖਿਆ ਵੀ ਚਾਚੂ ਹੁਣ ਮੈਨੂੰ ਦੇ, ਅਤੇ ਅੱਲਾ ਪਾਕ ਕਰਮ ਕਰ ਸਮਝੇ, ਅਤੇ ਸਾਡੇ ਕੋਲ ਗੁੰਜਾਇਸ਼ ਤਾਂ ਹੈ ਨਹੀਂ ਮੋਬਾਈਲ ਲਵਾਉਣ ਦੇ, ਅਤੇ ਇਹਨੂੰ ਵੀ ਖਾਈਨੇ ਆ, ਜੇ ਸਹੀ ਹੋਇਆ ਤਾਂ ਸਹੀ ਹੈ, ਜੇ ਨਾ ਹੋਇਆ ਤਾਂ ਮੁੜ ਵੇਖੀ ਵੀ ਕੀ ਹਿਸਾਬ ਲੱਗਦਾ, ਤਾਂ ਅੱਲਾ ਪਾਕ ਗੁੰਜਾਇਸ਼ ਦੇ ਸੀ ਮੁੜ ਆਹ ਮੋਬਾਈਲ ਨਵਾਂ ਲਾ ਲਈ ਸਾਂ, ਅਤੇ ਅਜੇ ਤਾਂ ਮੋੜਨਾ ਵੀ ਲਾਲ ਦੀ ਦਵਾਈ ਦੁਵੀ ਨਹੀਂ ਲਵਿੰਦੀ ਕਿ ਲਿਆਂਦੀ ਹੈ, ਕਾਫੀ ਦਿਨ ਹੋ ਗਏ ਪਿੱਛੇ ਕਾਇ ਨਹੀਂ ਲਾ ਜਾਂਦੀ, ਤਾਂ ਅੱਲਾ ਪਾਕ ਰਹਿਮਤ ਕਰੇ ਸੀ ਇਹਦੇ ਤੋਂ, ਕਿਉਂ ਦੀ ਤਬੀਅਤ ਕੁਛ ਅੱਜ ਬਾਅਦ ਦੇ ਵਿੱਚ ਤਾਂ ਫਸਲ ਹੈ ਮਾਸ਼ਾਅੱਲਾ ਕਮਾਲ ਦੀ, ਅਤੇ ਇਸ ਸਾਈਡ 'ਤੇ ਰੋਣ ਦੀ ਹੈ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ, ਅਤੇ ਕਮਾਦ ਵੀ ਜਿਹੜਾ ਨਾ ਕਾਫੀ ਸਾਰਾ ਵੱਡਾ ਹੋਇਆ ਖੜਾ, ਅਤੇ ਇਹ ਫਸਲ ਜਿਹੜੀ ਹੈ ਨਾ ਇਹ ਮਾਸ਼ਾਅੱਲਾ ਗੋਕੜੇ ਲੱਗੇ ਹੋਏ ਨੇ, ਇਹ ਵੇਖੋ ਜੀ, ਅਤੇ ਕੁਛ ਰੂੰ ਖਿੜੀ ਵੀ ਖੜੀ ਹੈ, ਇਸਰੀ 'ਤੇ ਖਿੜਦੀ ਹੈ, ਅੱਗੋਂ ਦਨਾਨੀਆਂ ਨੂੰ ਚੁਗਾਈ ਕਰਦੀਆਂ ਨੇ, ਅਤੇ ਹੁਣ ਰੂੰ ਸਮਝੋ ਤਾਂ ਬਿਲਕੁਲ ਤਿਆਰ ਹੈ ਹੋਣ ਵਾਲੀ ਹੈ, ਅਤੇ ਇਹ ਖਾਲੀਆਂ ਦੇ ਵਿੱਚ ਵੱਟਾਂ 'ਤੇ ਰੂੰ ਲੱਗੀ ਜਾਂਦੀ ਹੈ, ਮਾਸ਼ਾਅੱਲਾ ਗੁੱਡੇ ਵੀ ਜਿਹੜੇ ਫੁੱਲ ਗੁੱਡੀ ਇਹਨੂੰ ਅਸੀਂ ਸਦਨੇ ਹਾਂ, ਇਹ ਬੜੀ ਖੜੀ ਹੈ ਕਿਉਂਕਿ ਇਹ ਆ ਵੇਖੋ ਕਿਤਨਾ ਫੁੱਲ ਖੂਬਸੂਰਤ ਹੈ, ਅੱਗੇ ਇਹ ਵੀ ਫੁੱਲ ਲੱਗਾ ਹੋਇਆ, ਜਿਸ ਟਾਈਮ ਇਹ ਖਤਮ ਹੋਇਆ ਉਹ ਟਾਈਮ ਇਹ ਗੋਕੜਾ 'ਚ ਆਵੇਗੀ, ਗੋਕੜਾ ਕਿਸ ਤਰ੍ਹਾਂ 'ਚ ਆਵੇਗੀ, ਇਹ ਸ਼ਕਲ ਗੋਕੜਾ ਆਵੇਗਾ, ਅਤੇ ਜਿਸ ਟਾਈਮ ਤਿਆਰ ਹੁੰਦੀ ਉਸ ਟਾਈਮ ਇਸਤਰੀਤ ਹੋ ਜਾਂਦੀ, ਅਤੇ ਮਾ ਸ਼ੁਕਰ ਹੈ ਅੱਲਾ ਪਾਕ ਉਸ ਬਾਈ ਦੀ ਮਿਹਨਤ ਪੂਰੀ ਕਰੇ, ਕਿਉਂਕਿ ਵਿੱਚ ਕਾਫੀ ਜੜੀ ਨਾਲ ਖਿੜੀ ਹੋਈ ਹੈ, ਅਤੇ ਇਹ ਮਾਸ਼ਾਅੱਲਾ ਵੇਖ ਇਸਰੀ 'ਤੇ ਬਿਲਕੁਲ ਤਿਆਰ ਹੋ ਜਾਂਦੀ, ਉਸ ਤੋਂ ਬਾਅਦ ਇਹ ਕੋਈ ਬੂਟੇ ਲੱਗੇ ਨੇ ਤੋਰੀਆਂ ਦੇ ਭਿੰਡੀਆਂ ਤੋਰੀਆਂ, ਅਤੇ ਇਹ ਵੇਖ ਮਾਸ਼ਾਅੱਲਾ ਮਾਸ਼ਾਅੱਲਾ, ਅਤੇ ਇਹ ਵੀ ਬੂਟੇ ਭਿੰਡੀਆਂ ਦੇ ਨੇ ਇਹ ਵੀ ਸਾਹਮਣੇ, ਅਤੇ ਅੱਲਾ ਪਾਕ ਉਹਨਾਂ ਨੂੰ ਕਾਮਯਾਬ ਕਰੇ ਸਿਹਤ ਦੇਵੇ, ਕਿਉਂਕਿ ਸਾਡੇ ਤਾਂ ਇਹ ਹੀ ਹੈ ਬਹੁਤ ਦੂਰ, ਮਾਸ਼ਾਅੱਲਾ ਦੂਈ ਨਾਲ ਹੀ ਹੈ ਜਵਾਰ ਕੱਢੇ ਹੋਏ ਨੇ, ਕਿਉਂਕਿ ਡੰਗਰਾਂ ਵਾਸਤੇ ਜਿਹੜੇ ਨੇ ਪੱਠੇ, ਅਤੇ ਕਿਉਂਕਿ ਮਿਕਸ ਫਸਲ ਹੈ ਇਹਦੇ ਵਿੱਚ, ਕਿਸੇ ਜਗ੍ਹਾ 'ਤੇ ਤੇਲ ਨੇ, ਜਵਾਰ ਹੈ, ਕਮਾਂਦ ਹੈ, ਇਹ ਆ ਵੇਖ ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ, ਅਤੇ ਜਿਹੜੀ ਚੀਜ਼ ਮੇਰੇ ਭੈਣਾਂ ਭਾਈਆਂ ਨੇ ਵਿਖਾਵਾਂਗੇ ਨਾ ਬਿਲਕੁਲ ਅਸੀਂ ਸੱਚ ਵਿਖਾਵਾਂਗੇ, ਝੂਠ ਨਹੀਂ, ਨਾ ਮਾਰਨ ਦੀ ਜ਼ਰੂਰਤ ਹੈ ਨਾ ਹੀ ਮਾਰਨ ਲੱਗੇ ਹਾਂ, ਕਿਉਂਕਿ ਉਹ ਝੂਠ ਤਾਂ ਮੇਰਾ ਬਾਈ ਫਾਇਦਾ ਕੋਈ ਨਹੀਂ, 100 ਝੂਠ ਇੱਕ ਦੇ ਮਗਰ ਮਰ ਗਏ ਨਾ ਤਾਂ ਛੁਪਿਆ ਮੁੜ ਵੀ ਨਹੀਂ ਰਹਿੰਦੇ, ਸਾਹਮਣੇ ਆ ਜਾਂਦੇ ਨੇ, ਕਿਉਂਕਿ ਸੱਚ ਸੱਚ ਹੀ ਆਉਂਦਾ, ਅਤੇ ਅੱਲਾ ਪਾਕ ਕਰਮ ਕਰਸੀ,
ਤੇ ਤੁਹਾਡੇ ਬੱਚਿਆਂ ਨੂੰ ਹੀ ਜ਼ਿੰਦਗੀ ਦੇਵੇ। ਤੇ ਮੇਰੇ ਤੇ ਇਹੀ ਮੇਰੇ ਭੈਣਾਂ ਭਾਈ ਦੁਆ ਹੈ, ਕਿਉਂਕਿ ਜਿਸ ਇਨਸਾਨ ਜਿਸ ਮੁਸੀਬਤ 'ਚੋਂ ਜਿਸ ਜ਼ਿਲ੍ਹਾ 'ਚੋਂ ਗੁਜ਼ਰਿਆ ਹੋਵੇ, ਉਸ ਇਨਸਾਨ ਨੂੰ ਪਤਾ ਹੁੰਦਾ ਹੈ ਵੀ ਇਸ ਇਨਸਾਨ ਦੇ ਘਰ ਜੋ ਇਤਨਾ ਮੁਸ਼ਕਿਲ ਵਕਤ ਹੈ, ਪਤਾ ਉਹਨੂੰ ਹੁੰਦਾ, ਦੂਸਰੇ ਨੂੰ ਮੇਰਾ ਭਾਈ ਕੋਈ ਪਤਾ ਨਹੀਂ ਹੁੰਦਾ, ਅੱਲਾ ਵਾਰਿਸ ਹੈ। ਅਤੇ ਜਿਹੜੇ ਮੇਰੇ ਭੈਣਾਂ ਭਰਾ ਕਮੈਂਟ ਕਰਦੇ ਪਰੇ, ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਮੇਰੀਆਂ ਢੇਰ ਸਾਰੀਆਂ ਉਹਨਾਂ ਨਾਲ ਦੁਆਵਾਂ ਨੇ, ਅੱਲਾ ਖੁਸ਼ ਰੱਖੇ, ਆਬਾਦ ਰੱਖੇ ਜਿੱਥੇ ਵੀ ਹੈ। ਅਤੇ ਸ਼ੁਕਰ ਅੱਲਾ ਪਾਕ ਦਾ, ਕਾਸ਼ ਖਾਸ ਕੋ ਤਬੀਅਤ ਇਹਦੀ ਵੱਲ ਹੋਣੀ, ਅਤੇ ਅੱਜ ਤੱਕਦਾ ਨਹੀਂ ਰਿਹਾ ਪਿਓ ਨੇ, ਇਹਨੂੰ ਤਕਰੀਬਨ 25 ਦਿਨ ਹੋ ਗਏ ਨੇ ਇਸ ਰੋਟੀ ਨਹੀਂ ਖਾਧੀ, ਨਹੀਂ ਤਾਂ ਮਾਸ਼ਾ ਅੱਲਾ 3 ਟਾਈਮ 2 ਟਾਈਮ ਨੇ ਰਾਜ ਕੇ ਰੋਟੀ ਖਾਂਦਾ। ਅੱਲਾ ਪਾਕ ਆਰਾਮ ਕਰੇ ਸੇ, ਮੈਂ ਕਿ ਨਾਲ ਨਾ ਕੋਈ ਥੋੜ੍ਹਾ ਰਸ ਮੈਂ ਕਿ ਛਡਾਈਨੇ ਹਾਂ, ਅਤੇ ਨਾਲ ਕਿ ਥੋੜ ਗਣਾ ਬਿਨਾ ਫਰੂਟ ਜਾਂ ਕਿਸੇ ਕਾਸ਼ ਬਣਾ ਦਿੱਤੀ ਵੀ ਖਾਵੇਣ ਹੋ ਜਾ, ਤੁਹਾਨੂੰ ਰੋਟੀ ਤਾਂ ਭੁੱਖ ਲੱਗੀ ਤਾਂ ਰੋਟੀ ਵੀ ਖਾ ਸੇ। ਅਤੇ ਮੈਂ ਨਾ ਕੱਲ੍ਹ ਤੁਹਾਨੂੰ ਦੱਸਿਆ ਭੈਣਾਂ ਬਾਈ ਵੀ ਕੱਲ੍ਹ ਮਿਲਾ ਤਾਂ ਵੱਗ ਹੀ ਆਏ, ਅਤੇ ਆਹ ਨਾ ਲਾੜੇ ਗੜਿਆਂ ਦੇ ਮੁੱਤੇ ਗੰਨੀਆਂ ਨੇ ਮੱਖੀਆਂ ਦੇ ਵਾਸਤੇ, ਤੋ ਬੱਤੇ ਬੱਚਿਆਂ ਰਾਤ ਨੂੰ ਅੰਦਰ ਸੱਟਿਆ ਚਾ, ਤੋ ਸਾਰਾ ਚੂਹੇ ਟੋਕ ਗਏ ਨੇ, ਆਹ ਵੇਲੀ ਮੋਰ ਕਰ ਗਣੇ ਇੱਥੋਂ। ਹਾਂ ਦਵਾਈ ਵੀ ਪਾਈ ਹੈ, ਜੇ ਸੱਗੇ ਅੰਦਰੋਂ ਸਫਾਈ ਕੀਤੀ ਹੈ ਨਾ ਜੀ, ਅਤੇ ਉਸ ਦਵਾਈ ਵੀ ਪਾਈ ਅਜੇ ਤਾਂ, ਅਤੇ ਆਹ ਸਾਰਿਆਂ ਪਈ ਤੋਂ ਇਤਣਾ ਜਿਵੇਂ ਅਲੱਗ ਸੀਤੀ ਖੜੀਆਂ, ਵਾਹ ਵਾਹ ਸਾਰਾ ਹੈ, ਸੂਈ ਨਾ ਸਿੰਦੀ ਪੀ ਮੈਂ, ਕਿਉਂ ਕੋਈ ਮੱਖੀ ਆਉਂਦੀਆਂ ਨੇ, ਜਿਹੜਾ ਪਾਣੀ ਵਾਲਾ ਗੜਾ ਹੈ ਅਤੇ ਕੁੰਨੀ ਜਾਂਦੀ ਲੱਸੀ ਬਣਾਈ ਨਾ, ਇਹ ਲੜਵੇਂ ਉਹਦੇ ਉੱਤੇ ਗੰਨੀ ਚਾਂ, ਅਤੇ ਹੁਣ ਮੱਖੀਆਂ ਤੋਂ ਬਚਿਆ ਰਹਿੰਦਾ। ਅਤੇ ਅੱਲਾ ਪਾਕ ਰਹਿਮਤ ਕਰੇ ਸਿਆਰ 'ਤੇ, ਤਾਂ ਹੁਣ ਨਾ ਇੱਥੇ ਹੀ ਵੀਡੀਓ ਦੀ ਐਂਡ ਕਰਨੇ ਆ, ਬੱਚੇ ਮਸਜਿਦ ਪੜ੍ਹਨ ਗਏ ਹੁਣ ਤਾਂ ਆ ਜਾ ਸਨ, ਕੋਈ ਘਰ ਦਾ ਕੰਮ ਕਰੇ ਸਨ, ਮੇਰੀ ਤਬੀਅਤ ਰਾਤ ਨੂੰ ਸਰ ਆ ਜਾ ਕੇ ਤਬੀਅਤ ਕੋਈ ਖਰਾਬ ਜੀ, ਸਿਰ ਨੂੰ ਦਰਾਜ ਜੇ ਕੰਮ ਹੋਇਆ ਕੋਈ ਨਾ ਕੋਈ ਮਹਿਮਾਨ ਦੀ ਆ ਗਿਆ ਇਸ ਵਾਸਤੇ। ਅਤੇ ਅੱਲਾ ਪਾਕ ਰਹਿਮਤ ਕਰੇ ਸੀ, ਅੱਲਾ ਪਾਕ ਹਰ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ। ਅਤੇ ਜਿਹੜੇ ਮੇਰੇ ਭੈਣਾਂ ਵੀਰਾਂ ਨੇ, ਸਾਡੀ ਇਹ ਰਿਕੁਐਸਟ ਹੈ ਭੈਣਾਂ ਭਾਈਆਂ ਨੂੰ, ਸਾਡੀ ਵੀਡੀਓ ਨੂੰ ਸ਼ੁਰੂ ਕਰਕੇ ਤਾਂ ਵੇਖੀ ਕਰੋ, ਲਾਈਕ ਕੀਤਾ ਕਰੋ, ਕਮੈਂਟ ਕੀਤਾ ਕਰੋ, ਸ਼ੇਅਰ ਕੀਤਾ ਕਰੋ। ਨਾਲੇ ਮੈਂ ਆਖਿਆ ਵੀ ਲਾੜ ਵੀ ਬਣਾ ਲੈਂਦੀ ਹਾਂ ਅਤੇ ਭੈਣਾਂ ਭਾਈਆਂ ਨੂੰ ਨਾ ਵਿਖਾ ਲੈਂਦੀ ਹਾਂ, ਵੀ ਅਸੀਂ ਇਸ ਤਰ੍ਹਾਂ ਵੀ ਨਾ ਰੁੱਪ ਬਾਹਰ ਲੈਂਦੇ ਹਾਂ, ਕਿਉਂਕਿ ਮਸ਼ੀਨ ਵਗੈਰਾ ਤਾਂ ਸਾਡੇ ਕੋਲ ਨਹੀਂ ਹੈ, ਅਤੇ ਸੂਈ ਨਾਲ ਨਾ ਸੀਕ। ਅਤੇ ਮੈਂ ਆਖਿਆ ਵੀ ਚਲੋ ਗੜੇ ਉੱਤੋਂ ਕੱਜੇ ਰਾਸਣ ਮੱਖੀਆਂ ਦੀ ਪਰ ਨਾ ਮੁੜ ਸਫਾਈ ਦੀ ਪਰ, ਇਸ ਤਰ੍ਹਾਂ ਕਰਕੇ ਮੈਂ ਸੀਨੀ ਆ ਸਾਰਾ ਰਾਤ ਨੂੰ, ਮੈਂ ਬਾਹਰ ਰੱਖਦੀ ਚਾਸੂ ਅਤੇ ਗੜਿਆਂ ਤੋਂ ਰਾਤ ਨੂੰ ਲਿਆਉਂਦੇ ਚਾਸ, ਬਿਨ ਪਾਣੀ ਮੁੜਨਾ ਠਹਿਰ ਜਾਂਦਾ ਤਰੇ ਉੱਥੇ। ਅਤੇ ਬੱਚੇ ਆ ਰਾਤੀ ਗਾਰ ਸੁਣਾਇਆ ਨਾ ਲਿਸ਼ਬਤ ਮੇਰੇ ਨਾਲ ਗਈ, ਉਹ ਉਸ ਚਾਹ ਕੇ ਅੰਦਰੇ ਰੱਖਿਆ ਸੀ, ਇਸ ਪ੍ਰਕਾਰ ਮੈਂ ਸੀ ਲੈਂਦੀ ਹਾਂ। ਚਲੋ ਮੋਟਰ ਉੱਤੇ ਗਾਸ ਲਈ ਸਭ ਤਾਂ ਕਰੋ, ਲਾਈਕ ਕੀਤਾ ਕਰੋ, ਕਮੈਂਟ ਕੀਤਾ ਕਰੋ, ਸ਼ੇਅਰ ਕੀਤਾ ਕਰੋ, ਤੁਹਾਡੇ ਭੈਣਾਂ ਭਾਈਆਂ ਦੀ ਸਪੋਰਟ ਦੀ ਜ਼ਰੂਰਤ, ਤੁਹਾਡੀ ਸਪੋਰਟ ਨਾਲ ਸਾਡਾ ਚੈਨਲ ਚੱਲਣਾ, ਇਕੱਲਾ ਪਾਕ ਹਰ ਤਰ੍ਹਾਂ ਮਦਦ ਕਰੇ, ਹਰ ਨੂੰ ਕਾਮਯਾਬ ਕਰੇ, ਅਤੇ ਅਸੀਂ ਤਾਂ ਹਰ ਵੇਲੇ ਦੁਆਈ ਕਰਨੇ ਹਾਂ ਭੈਣਾਂ ਭਾਈਆਂ ਨੂੰ, ਅਤੇ ਅੱਜ ਦੇ ਲੋਕ ਇੱਥੇ ਭੈਣਾਂ ਭਾਈਆਂ ਕੋਲ ਲੈਂਦੇ ਹਾਂ ਇਜਾਜ਼ਤ, ਅੱਲਾ ਹਾਫਿਜ਼।